28,500 ਫੈਮਿਲੀਜ਼ ਆ, ਉਹ ਸਾਰੇ ਦਾ ਸਾਰਾ 100% ਜਿਹੜਾ ਹੈਗਾ ਉਹ ਪੰਜਾਬ ਗਵਰਨਮੈਂਟ ਉਹਦੇ ਸਾਰੇ ਪੈਸੇ ਦੇ ਰਹੀ ਹੈ। ਉਹਦੇ ਵਿੱਚ ਜਿਹੜੇ ਜੇ ਫਾਰਮ ਵਾਲੇ ਕਿਸਾਨ ਹੈ ਜੀ, ਕੰਸਟਰਕਸ਼ਨ ਵਰਕਰ ਹੈ, ਔਰ ਉਹਦੇ 'ਚ ਸਮਾਲ ਟ੍ਰੇਡਰਸ ਆ, ਔਰ ਜਿਹੜੇ ਤੁਹਾਡੇ ਜਿਹੜੇ ਜਰਨਲਿਸਟ ਭਰਾ ਆ, ਜਿਹੜੇ ਯੈਲੋ ਕਾਰਡ ਹੋਲਡਰ, ਮੇਰਾ ਖਿਆਲ ਐਕਰੀਡੀਟਿਡ ਜਰਨਲਿਸਟ, ਜਿਹੜੇ ਯੈਲੋ ਕਾਰਡ ਜਰਨਲਿਸਟ ਹੈ, 2,794 ਉਹ ਵੀ ਹੈ। ਇਹ ਜਿਹੜੀ ਸਕੀਮ ਹੈ, ਜਿਹੜੀਆਂ ਪਹਿਲੀਆਂ ਸਰਕਾਰ ਸੀ ਆ, ਉਹ ਇੰਸ਼ੋਰੈਂਸ ਮੋਡ, ਦੋ ਮੋਡ ਹੁੰਦੇ ਆ, ਇੱਕ ਇੰਸ਼ੋਰੈਂਸ ਮੋਡ ਆ, ਦੂਜਾ ਟਰੱਸਟ ਮੋਡ ਆ। ਉਹ ਇੰਸ਼ੋਰੈਂਸ ਮੋਡ 'ਤੇ ਚਲਾਉਂਦੀਆਂ ਸੀ। ਉਹਦੇ ਵਿੱਚ ਪਹਿਲਾਂ ਇਫਕੋ ਟੋਕੀਓ ਕੰਪਨੀ ਨਾਂ ਦੀ ਸੀ ਜਿਹੜੀ ਕੰਪਨੀ, ਉਹ ਚਲਾਉਂਦੀ ਸੀ ਅਗਸਤ 19 ਤੋਂ ਲੈ ਕੇ 21 ਤੱਕ, ਔਰ ਅਗਸਤ 21 ਤੋਂ ਦਸੰਬਰ 29 ਤੱਕ ਜਿਹੜਾ ਹੈਗਾ ਇਹ SBI GIC ਚਲਾਉਂਦੀ ਸੀ। ਉਹਨੂੰ ਉਹ ਪ੍ਰੀਮੀਅਮ ਦਿੰਦੇ ਸੀ। ਪਹਿਲੇ ਸਾਲ ਵਿੱਚ ਇਫਕੋ ਟੋਕੀਓ ਦਾ ਸੀ 597 ਪਰ ਫੈਮਿਲੀ, ਦੂਜੀ ਵਾਰੀ ਹੋ ਗਿਆ 1,050, ਔਰ ਜਿਹੜੀ SBI GIC ਆ ਇਹ 1,040 ਪਰ ਫੈਮਿਲੀ ਪ੍ਰੀਮੀਅਮ ਸੀ ਇਹਦਾ। ਔਰ ਇਹਦੇ ਵਿੱਚ ਇੱਕ ਡੇਟ ਬਹੁਤ ਇੰਪੋਰਟੈਂਟ ਆ ਜੀ, ਇਹ 29 ਦਸੰਬਰ 2021 ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਆ, ਉਹਨਾਂ ਨੇ ਜਿਹੜਾ GIC ਸੀ, ਜਿਹੜੀ SBI GIC ਸੀ, ਉਹਦੇ ਨਾਲ ਕੰਟਰੈਕਟ ਜਿਹੜਾ ਸੀਗਾ ਆਪਣਾ ਖਤਮ ਕਰਤਾ। ਮਤਲਬ ਇੱਕ ਜਿਹੜਾ ਇੰਸ਼ੋਰੈਂਸ ਮੋਡ ਦਾ ਸੀਗਾ ਉਹ ਸਿਸਟਮ ਖਤਮ ਹੋ ਗਿਆ। ਦੇਰ ਵਾਜ਼ ਨੋ ਸਿਸਟਮ, ਕਿ ਦੇਰ ਵਾਜ਼ ਏ ਕਿਓਸ ਕਿ ਲੋਕਾਂ ਦੀ ਪੇਮੈਂਟ ਕਿੱਦਾਂ ਕਰਨੀ ਆ, ਜੋ ਅਸੀਂ ਇਨਹੈਰਿਟ ਕੀਤਾ, ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਟਰੱਸਟ ਮੋਡ 'ਤੇ ਲੈ ਕੇ ਆਏ ਜੀ। ਜਦੋਂ ਸਾਡੀ ਸਰਕਾਰ ਆਈ ਆ, 111 ਕਰੋੜ ਦੀ ਪੈਂਡੈਂਸੀ ਸੀ, ਦੇਰ ਵਾਜ਼ ਨੋ ਸਿਸਟਮ ਵਿੱਚ ਵਾਜ਼ ਵਰਕਿੰਗ, ਇਟ ਵਾਜ਼ ਏ ਬ੍ਰੋਕਨ ਸਿਸਟਮ ਵਿੱਚ ਵੀ ਇਨਹੈਰਿਟਡ। ਅਸੀਂ ਉਹਨੂੰ ਇੰਸ਼ੋਰੈਂਸ ਮੋਡ 'ਤੇ ਸ਼ੁਰੂ ਕੀਤਾ, ਔਰ ਜਿਹੜੀਆਂ ਲੋਕਾਂ ਦੀਆਂ ਪੇਮੈਂਟ ਸ਼ੁਰੂ ਕਰਦੀਆਂ, ਅਸੀਂ 111 ਕਰੋੜ ਵੀ ਕੀਤਾ, ਅਤੇ ਟੋਟਲ ਅਸੀਂ ਜਿਹੜੇ ਨਵੇਂ ਵੀ ਕਲੇਮ ਆਏ ਉਹ 286 ਕਰੋੜ ਰੁਪਈਆ ਅਸੀਂ ਜਿਹੜਾ ਨਰਸਿੰਗ ਹੋਮਸ ਨੂੰ, ਆਪਣੇ ਸਰਕਾਰੀ ਹਸਪਤਾਲਾਂ ਨੂੰ, ਜਿੰਨੇ ਵੀ ਜਿਹੜੇ ਵੀ ਕੰਮ ਕਰਦੇ ਸੀ ਇੰਸ਼ੋਰੈਂਸ ਦਾ, 286 ਕਰੋੜ ਰੁਪਈਏ ਦਾ ਜਿਹੜਾ ਅਸੀਂ ਉਹਨਾਂ ਨੂੰ ਪੇਮੈਂਟ ਕੀਤੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ, ਜਿਹੜਾ ਬਹੁਤ ਸਾਰਾ ਡਾਟਾ ਹੈਗਾ ਇਹ 60-40 ਵਾਲਾ, ਇਹ 16,65,000 ਫੈਮਿਲੀਜ਼ ਆ ਜਿਨ੍ਹਾਂ ਨੂੰ ਸੈਂਟਰ ਨੇ ਦੇਣਾ। ਉਹਨਾਂ ਦਾ ਜਿਹੜਾ ਹੈਗਾ ਉਹ 585 ਕਰੋੜ ਜਿਹੜਾ ਹੈਗਾ ਉਹ ਹੁਣ ਤੱਕ ਬਣਦਾ, ਜਿਹੜਾ ਸੈਂਟਰ ਨੇ ਪੇ ਕਰਨਾ ਜੀ, ਸੋਰੀ 585 ਕਰੋੜ ਜਿਹੜਾ ਹੈਗਾ SECC ਫੈਮਿਲੀ ਦਾ, ਉਹ 'ਚ 350 ਕਰੋੜ, 585 ਕਰੋੜ ਟੋਟਲ ਹੈ ਜੀ, 585 ਕਰੋੜ ਟੋਟਲ ਹੈ, ਉਹਦੇ 'ਚੋਂ 350 ਕਰੋੜ ਅਤੇ 76 ਲੱਖ ਰੁਪਏ ਸੈਂਟਰ ਦੇ ਬਣਦੇ ਆ ਜੀ। ਉਹਦੇ 'ਚੋਂ 350 ਕਰੋੜ ਦੇ ਵਿੱਚੋਂ ਸਿਰਫ 169 ਕਰੋੜ ਦਿੱਤਾ ਜੀ ਸੈਂਟਰ ਨੇ ਅਜੇ ਤੱਕ, ਜੋ ਕਹਿ ਰਹੇ ਆ ਵੀ ਪੈਸੇ ਪਏ ਹੋਏ ਆ, ਡਿਵਰਟ ਕਰਤੇ ਆ, ਨਾ ਇੱਕ ਵੀ ਪੈਸੇ ਦੀ ਡਿਵਰਸ਼ਨ ਨਹੀਂ ਹੋਈ ਜੀ, ਇੱਕ ਵੀ ਪੈਸਾ ਸਾਡੇ ਕੋਲ ਨਹੀਂ ਪਿਆ। ਮੈਂ ਰਿਪੀਟ ਕਰਦਾ ਜੀ, ਜਿਹੜੀਆਂ 16,00,000 16,65,000 ਜਿਹੜੀਆਂ ਫੈਮਿਲੀਜ਼ ਆ ਨਾ ਜੀ, ਇਹਦੇ ਵਾਸਤੇ 585 ਕਰੋੜ ਰੁਪਏ ਦਾ ਜਿਹੜਾ ਸਾਡਾ ਪੀਰੀਅਡ ਆ, ਉਹਦੇ 'ਚ ਪੈਸੇ ਜਿਹੜੇ ਹੈਗੇ ਆ ਲੋਕਾਂ ਨੇ ਕਲੇਮ ਕੀਤਾ ਸਾਡੇ ਕੋਲੋਂ, ਜਿਹਦੇ ਵਿੱਚੋਂ ਸੈਂਟਰ ਦਾ ਜਿਹੜਾ ਸ਼ੇਅਰ ਆ 350.76 ਕਰੋੜ ਹੈ ਜੀ। ਸਾਡੇ ਕੋਲ ਆਏ 169.35 ਕਰੋੜ ਜੀ, ਇਹਦੇ 'ਚੋਂ ਤਕਰੀਬਨ ਜਿਹੜੇ ਤੁਹਾਡੇ ਹੈਗੇ 181 ਕਰੋੜ ਸਾਡੇ ਇਹ ਹੋ ਗਏ ਜੀ। ਇਸ ਤੋਂ ਸਿਵਾਏ ਸੈਂਟਰ ਨੇ 51 ਕਰੋੜ ਰੁਪਈਏ, 51.34 ਕਰੋੜ ਰੁਪਈਏ ਸਾਨੂੰ ਐਡਮਿਨਿਸਟ੍ਰੇਟਿਵ ਚਾਰਜਸ, ਜਿਹੜੇ ਇਹਦੇ 'ਚ ਸਾਰਾ ਸਟਾਫ ਲੱਗਿਆ ਹੁੰਦਾ ਜਿਹਨਾਂ ਨੇ ਮੈਨੇਜਮੈਂਟ ਕਰਨੀ ਆ, ਉਹ ਦੇਣੇ ਆ ਜੀ, ਅਤੇ 17 ਕਰੋੜ ਸਾਡੇ ਪਹਿਲੇ ਵਾਲੇ ਪੀਰੀਅਡ ਦੇ ਰਹਿੰਦੇ ਆ ਜੀ। ਇਹ ਟੋਟਲ ਸੈਂਟਰ ਨੇ ਸਾਨੂੰ 249.81 ਕਰੋੜ ਰੁਪਏ ਜਿਹੜੇ ਸਾਡੇ ਇਹ ਸੈਂਟਰ ਵੱਲ ਸਾਡੇ ਖੜੇ ਹੋਏ ਆ ਜੀ, ਇਹ ਸਿਰਫ ਇਨ ਰਿਲੇਸ਼ਨ ਟੂ 16.65 ਲੱਖ ਫੈਮਿਲੀਜ਼, ਬਾਕੀ ਸਾਰੇ ਜੀ। ਹਾਂ, ਮੈਂ ਰਿਪੀਟ ਕਰਦਾ ਜੀ, ਦਿਸ ਇਜ਼ ਵੈਰੀ ਇੰਪੋਰਟੈਂਟ, ਕਿ 585 ਕਰੋੜ ਟੋਟਲ ਬਣਦਾ ਸੀ, ਸੈਂਟਰ ਦਾ ਸ਼ੇਅਰ 350.76 ਕਰੋੜ ਸੀ, ਔਰ ਉਹਦੇ ਵਿੱਚੋਂ ਸੈਂਟਰ ਨੇ ਸਾਨੂੰ ਦਿੱਤੇ ਆ 169.34 ਕਰੋੜ। ਇਸ ਤੋਂ ਸਿਵਾਏ ਸੈਂਟਰ ਨੇ ਸਾਨੂੰ 51.34 ਕਰੋੜ ਜਿਹੜੇ ਹੈਗੇ ਆ ਉਹ ਐਡਮਿਨਿਸਟ੍ਰੇਟਿਵ ਚਾਰਜਸ ਦੇਣੇ ਆ, ਅਤੇ 17 ਕਰੋੜ ਸਾਡਾ ਜਿਹੜਾ ਪਿਛਲਾ ਬੈਲੈਂਸ ਦੇਣਾ। ਕੁੱਲ ਮਿਲਾ ਕੇ ਸਾਰਾ ਜਿਹੜਾ ਸੈਂਟਰ ਨੇ ਅੱਜ ਤੱਕ
249.8 crore 249 crore and 81 lakhs ਇਹ ਸੈਂਟਰ ਨੇ ਸਾਨੂੰ ਦੇਣੇ ਆ ਜੀ ਅੱਜ ਦੀ ਡੇਟ ਵਿੱਚ, ਇਹ ਉਹਨਾਂ ਦੀ ਦੇਣਦਾਰੀ ਆ। ਇਹਦੇ ਵਾਸਤੇ ਮੈਂ ਆਪਣੇ ਸਾਡੇ ਐਡਮਿਨਿਸਟ੍ਰੇਟਿਵ ਸੈਕਟਰੀ SHA ਅਸੀਂ ਸਾਰੇ ਜਣੇ, ਸਾਡੀ ਪੂਰੀ ਟੀਮ ਗਈ ਸੀ ਜੀ 5 ਸਪਟੰਬਰ ਨੂੰ ਨੱਡਾ ਸਾਹਿਬ ਨਾਲ, ਉਹਨਾਂ ਦੀ ਵੀ ਪੂਰੀ ਟੀਮ ਸੀ ਸਾਡੀ ਪ੍ਰੋਪਰ ਆਫਿਸ ਵਿੱਚ, ਜਿਵੇਂ ਆਪਾਂ ਬੈਠੇ ਹਾਂ ਬੈਠ ਕੇ ਉਹਨਾਂ ਨਾਲ ਮੀਟਿੰਗ ਕਰਕੇ ਇਹ ਗੱਲ ਸੀ ਉਹਨਾਂ ਨੂੰ ਦੱਸ ਕੇ ਆਏ ਹਾਂ। ਔਰ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ 2018 ਤੋਂ ਲੈ ਕੇ ਆਡਿਟ ਕਰਾ ਕੇ ਆਡਿਟ ਵੈਰੀਫਾਈਡ ਸਾਨੂੰ ਜਿਹੜੇ ਸਾਡਾ ਸਾਨੂੰ ਸਾਰਾ ਉਹ ਕਰਦੇ ਹੋ, ਇਹਦਾ ਔਨਲਾਈਨ ਮਤਲਬ ਕਰਦੇ ਹੋ, ਅਸੀਂ ਕਰਤਾ 2022-23 ਤੱਕ ਸਾਡਾ ਕੰਪਲੀਟ ਹੋ ਗਿਆ ਜੀ ਉਹ, ਅਸੀਂ ਉਹਨੂੰ ਸਰਟੀਫਿਕੇਟ ਸਬਮਿਟ, UC ਜਿਹੜੇ ਹੁੰਦੇ ਆ ਨਾ ਯੂਟੀਲਾਈਜੇਸ਼ਨ ਸਰਟੀਫਿਕੇਟ, ਇਹ ਕਾਂਗਰਸ ਗਵਰਨਮੈਂਟ ਵੇਲੇ ਦਾ ਕੰਮ ਸੀਗਾ ਜੀ, ਅਸੀਂ ਉਹ ਸਾਰੇ ਦੇ ਦਿੱਤੇ ਆ ਉਹਨਾਂ ਨੂੰ, ਅਤੇ ਜਿਹੜਾ ਬਾਕੀ ਦਾ ਸਾਡਾ ਕੰਮ ਇਨ ਪ੍ਰੋਗਰੈਸ ਹੈ ਅਸੀਂ ਉਹਨੂੰ ਪ੍ਰੋਮਿਸ ਕਰਕੇ ਆਏ ਹਾਂ। ਸਾਡਾ ਐਗਰੀਮੈਂਟ ਇਹ ਹੋਇਆ ਸੀਗਾ ਵੀ ਸਾਡੇ ਜਿਹੜੇ 249 ਕਰੋੜ ਆ ਇਹਦੇ 'ਚੋਂ ਇੱਕ ਇੰਸਟਾਲਮੈਂਟ ਸਾਨੂੰ ਅੱਧੇ ਪੈਸੇ ਜਿਹੜੇ ਆ ਉਹ ਹੁਣ ਸਾਨੂੰ ਪਿਛਲੇ ਦੇ ਬੇਸ 'ਤੇ ਰਿਲੀਜ਼ ਕਰ ਦੇਣਗੇ ਉਹ, ਅਤੇ ਅਸੀਂ ਜਿਵੇਂ ਜਿਵੇਂ UC ਦੇਈ ਜਾਵਾਂਗੇ ਸਾਡੇ ਪੈਸੇ ਰਿਲੀਜ਼ ਕਰੀ ਜਾਣਗੇ, ਅਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਦੇਈ ਚੱਲਾਂਗੇ, ਹਸਪਤਾਲਾਂ ਦਾ ਨੁਕਸਾਨ ਜਾਂ ਜਿਹੜੇ ਗਵਰਨਮੈਂਟ ਦੇ ਹੋਸਪਿਟਲ ਹੈ ਜਿਹੜੇ ਜਿਹੜੇ ਇਲਾਜ ਕਰ ਰਹੇ ਅਸੀਂ ਉਹਨਾਂ ਨੂੰ ਪੈਸੇ ਦੇ ਦਾਂਗੇ, ਇਹ ਪੈਸੇ ਉਹਨਾਂ ਵੱਲ ਖੜੇ ਆ ਜੀ। ਇਸ ਤੋਂ ਸਿਵਾਏ ਇਹਦੀ ਫੋਲੋ ਅਪ ਮੀਟਿੰਗ 23 ਸਤੰਬਰ ਨੂੰ ਸਾਡੇ ਆਫਿਸਰਸ ਦੀ ਟੀਮ, ਸਾਡੇ ਅਕਾਊਂਟਸ ਆਫਿਸਰ, ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਲਥ ਔਰ SHA ਔਰ ਇਹ ਸਾਰੇ ਦੁਆਰਾ ਫੋਲੋ ਅਪ ਮੀਟਿੰਗ ਕਰਕੇ ਆਏ ਆ। ਔਰ 27 ਸਤੰਬਰ ਨੂੰ ਫਿਰ ਮੈਂ ਈਮੇਲ ਕੀਤੀ ਹੋਈ ਆ ਨੱਡਾ ਸਾਹਿਬ ਨੂੰ, ਮੇਰੀ ਰਿਕੁਐਸਟ ਪੈਂਡਿੰਗ ਉਹਨਾਂ ਕੋਲ ਕਿ ਸਾਨੂੰ ਦਿਓ ਫਾਈਨਲ ਮੀਟਿੰਗ ਕਰੋ, ਸਾਡੇ ਪੈਸੇ ਰਿਲੀਜ਼ ਕਰੋ ਤਾਂ ਕਿ ਅਸੀਂ ਨਰਸਿੰਗ ਹੋਮ ਨੂੰ ਜਿਹੜੇ ਲੋਕਾਂ ਦੇ ਪੈਸੇ ਅਸੀਂ ਦੇ ਸਕੀਏ, ਸਰ ਤੁਸੀਂ ਪੈਸੇ ਦੇਣੇ ਆ। ਸੋ ਵੀ ਆਰ ਇਨ ਟਾਕਸ ਵਿਦ ਦੈਮ। 25 ਸਤੰਬਰ ਨੂੰ ਮੇਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਮੀਟਿੰਗ ਹੋਈ ਆ, ਮੈਂ ਸਾਰਾ ਉਹਨਾਂ ਨੂੰ ਐਕਸਪਲੇਨ ਕੀਤਾ ਐਂਡ ਦੇ ਐਗਰੀਡ। ਔਰ ਇਹਦੇ ਵਿੱਚ ਵੀ ਮੈਂ ਥੋੜ੍ਹਾ ਜਿਹਾ ਐਕਸਪਲੇਨ ਕਰਾਂਗਾ ਕਿ ਜਿਹੜਾ ਇੱਕ ਨਾ ਅਖਬਾਰਾਂ ਦੇ ਵਿੱਚ ਜੋ ਇੰਪ੍ਰੈਸ਼ਨ ਜਾਂਦਾ ਕਿ ਪ੍ਰਾਈਵੇਟ ਹਸਪਤਾਲ ਇਲਾਜ ਕਰਨਾ ਬੰਦ ਕਰਤਾ, ਇੱਦਾਂ ਨਹੀਂ ਹੈ ਜੀ। 1700 ਪ੍ਰੀ ਔਥ ਕਹਿੰਦੇ ਅਸੀਂ ਆਥੋਰਾਈਜੇਸ਼ਨ, ਉਹਦੇ 'ਚੋਂ ਅੱਧੇ ਪ੍ਰਾਈਵੇਟ ਹੈ, ਪ੍ਰਾਈਵੇਟ ਹੋਸਪਿਟਲ ਵਾਲੇ ਅੱਜ ਵੀ ਕਰ ਰਹੇ ਆ। ਔਰ ਦੂਜੀ ਗੱਲ ਜਿਹੜੀ ਮੈਂ ਐਮਫੇਸਾਈਜ਼ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਿਹੜੇ ਪ੍ਰਾਈਵੇਟ ਹੋਸਪਿਟਲ ਹੈ ਇਟਸ ਏ ਵਲੰਟਰੀ ਸਕੀਮ, ਸਾਡੇ ਕੋਲ 556 ਪ੍ਰਾਈਵੇਟ ਡਾਕਟਰ ਜਿਹੜੇ ਡਾਕਟਰ ਹੈਗੇ ਆ ਜਾਂ ਨਰਸਿੰਗ ਹੋਮ ਹੈਗੇ ਆ ਜਾਂ ਹੋਸਪਿਟਲਸ ਹੈਗੇ ਆ, ਉਹਨਾਂ ਨੇ ਇਹਦੀ ਇੰਪੈਲਮੈਂਟ ਲਈ ਆ ਔਰ ਉਹਨਾਂ ਨੇ ਆਪਣੇ ਆਪ ਲਈ ਆ, ਅਪਲਾਈ ਕਰਦੇ ਆ, ਫਿਰ ਉਹਨਾਂ ਦੀ ਇੰਸਪੈਕਸ਼ਨ ਹੁੰਦੀ ਆ, ਫਿਰ ਅਸੀਂ ਉਹਨਾਂ ਨੂੰ ਆਥੋਰਾਈਜ਼ ਕਰਦੇ ਹਾਂ। ਅਸੀਂ ਜਿਹੜੇ ਪਬਲਿਕ ਦੇ ਇੰਟਰਸਟ ਤੋਂ ਅਸੀਂ ਕਿ ਹੋਸਪਿਟਲ ਦੇ ਵਿੱਚ ਸਾਰੀਆਂ ਸਹੂਲਤਾਂ ਹੋਣ, ਸਾਰੇ ਮੈਡੀਕਲ ਸਟਾਫ ਹੋਵੇ ਉਹਨਾਂ ਕੋਲ, ਮਤਲਬ ਜਿਹੜਾ ਐਮਰਜੈਂਸੀ ਦੀ ਇਕੁਪਮੈਂਟ ਹੋਵੇ ਸਾਰਾ, ਮਤਲਬ ਹੋਸਪਿਟਲ ਦੇ ਵਿੱਚ ਬੇਅਰ ਮਿਨੀਮਮ ਸਟੈਂਡਰਡਸ ਹੋਣੇ ਚਾਹੀਦੇ ਆ, ਫਿਰ ਅਸੀਂ ਉਹਨਾਂ ਨੂੰ ਆਥੋਰਾਈਜ਼ ਕਰਦੇ ਹਾਂ। ਸੋ ਜਿਹੜਾ ਹੋਸਪਿਟਲ ਸਾਡਾ ਆਥੋਰਾਈਜ਼ਡ ਹੈ ਉਹਦੇ ਵਿੱਚ ਹੋਸਪਿਟਲ ਕੋਲ ਆਪਸ਼ਨ ਹੈ ਵੀ ਜਿਹੜਾ ਬੰਦੇ ਨੂੰ ਸਪੋਜ਼ ਕਿਸੇ ਨੂੰ ਇਹ ਪਸੰਦ ਨਹੀਂ ਹੈ ਜੀ, ਤੁਸੀਂ ਕੈਨ ਆਲਵੇਜ਼ ਆਪਟ ਆਊਟ। ਉਹ ਇਹ ਜਿਹੜੇ ਕੁਛ ਇੱਕ ਬੰਦੇ ਜਿਹੜੇ ਹੈਗੇ ਆ ਉਹ ਗਲਤ ਇੰਪ੍ਰੈਸ਼ਨ ਪਬਲਿਕ ਦੇ ਵਿੱਚ ਜਿਹੜੀ ਕਨਫਿਊਜ਼ਨ ਕ੍ਰੀਏਟ ਕਰ ਰਹੇ ਆ ਕਿ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਕਰਨਾ ਬੰਦ ਕੀਤਾ ਹੋਇਆ, ਬਿਲਕੁਲ ਨਹੀਂ ਕੀਤਾ ਹੋਇਆ ਜੀ। ਅੱਜ ਵੀ 1700 ਜਿਹੜੇ ਹੈਗੇ ਆ ਉਹ ਪ੍ਰੀ ਔਥ ਹੋ ਰਹੇ ਆ, ਜਿਹਦੇ 'ਚੋਂ ਅੱਧੇ ਪ੍ਰਾਈਵੇਟ ਹੈ, ਪ੍ਰਾਈਵੇਟ ਹਸਪਤਾਲ ਬਿਲਕੁਲ ਠੀਕ ਕਰ ਰਹੇ ਆ ਜੀ। ਇਹਦੇ ਵਿੱਚ ਸਾਡੇ ਕੋਲ ਵੀ ਆਪਸ਼ਨ ਹੈ ਜੀ, ਹਾਂ ਜਿਹੜੇ ਇਹ ਸਾਡੇ ਕੋਲ ਵੀ ਆਪਸ਼ਨ ਹੈ ਜੀ, ਹਾਂ ਨਹੀਂ ਟੋਟਲ 777 ਜਿਹੜੇ ਟੋਟਲ ਹੋਸਪਿਟਲ ਹੈ ਨਾ, 200 ਤੁਹਾਨੂੰ ਮੈਂ ਦਿੱਤੀ ਆ ਫਿਕਰ ਸਾਰੀ, 210 ਸਰਕਾਰੀ ਹੈ, 556 ਪ੍ਰਾਈਵੇਟ ਹੈ, ਅਤੇ ਹੋਸਪਿਟਲ ਦੀ ਗੱਲ ਕਰ ਰਹੇ ਹੋ ਨਾ ਤੁਸੀਂ, ਅਤੇ 6 ਹੈਗੇ ਆ ਜਿਹੜੇ ਸੈਂਟਰ ਗੌਰਮੈਂਟ ਦੇ, ਜਿਵੇਂ PGI ਸੈਕਟਰ 32 ਜਾਂ AIIMS ਬਠਿੰਡਾ ਹੋ ਗਏ, 6 ਸੈਂਟਰ ਗੌਰਮੈਂਟ ਦੇ ਆ ਜੀ, ਇਹ ਮੈਂ ਤੁਹਾਨੂੰ ਪਹਿਲਾਂ ਦੇ ਚੁੱਕਿਆ ਜੀ। ਉਹਨਾਂ ਕੋਲ ਵੀ ਆਪਸ਼ਨ ਹੈ ਜੀ, ਜੇ ਉਹਨਾਂ ਨੇ ਜੁਆਇਨ ਕਰਨੀ ਆ ਸਕੀਮ ਕਰਨ, ਨਹੀਂ ਤਾਂ ਨਾ ਕਰਨ, ਐਨੀ ਟਾਈਮ ਦੇ ਕੇ ਆਪਟ ਆਊਟ, ਜਿਹੜੇ ਉਹਨਾਂ ਦੇ ਪੈਂਡਿੰਗ ਪੈਸੇ ਹੋਣਗੇ ਅਸੀਂ ਦੇ ਦਾਂਗੇ। ਅਤੇ ਸਰਕਾਰ ਕੋਲ ਵੀ ਆਪਸ਼ਨ ਹੈਗੀ ਆ ਜੀ, ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਇਲਾਜ ਬੰਦ ਕੀਤਾ ਹੋਇਆ, ਅਸੀਂ ਵੀ ਉਹਨਾਂ ਨੂੰ ਰਿਮੂਵ ਕਰਾਂਗੇ। ਸਾਡੇ ਕੋਲ ਬਹੁਤ ਸਾਰੀ ਪੈਂਡਿੰਗ ਲਿਸਟ ਹੈ ਜੀ, ਮੇਰੇ ਕੋਲ ਮਤਲਬ ਇੰਨੇ ਸਾਰੇ ਕਾਗਜ਼ ਪਏ ਆ ਜਿਹੜੇ ਕਹਿੰਦੇ ਅਸੀਂ ਇਹਦਾ ਮੈਂਬਰ ਬਣਨਾ, ਸਾਨੂੰ ਇਹਦੇ 'ਚ ਇੰਪੈਨਲ ਕਰੋ। ਉਹਦੇ 'ਚ ਬਹੁਤ ਵੱਡੇ ਵੱਡੇ ਹਸਪਤਾਲ ਹੈ, ਅਸੀਂ ਜਿਹੜੇ ਬੰਦੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੇ ਨਾਲ ਸੇਵਾ ਕਰਨਾ ਚਾਹੁੰਦੇ ਜਿਹੜੇ ਹਸਪਤਾਲ, ਅਸੀਂ ਉਹਨਾਂ ਨੂੰ ਆਥੋਰਾਈਜ਼ ਕਰਾਂਗੇ।
ਜਿਹੜੇ ਬੰਦੇ ਮਤਲਬ ਸਾਨੂੰ ਲੋਕਾਂ ਦੇ ਵਿੱਚ ਗਲਤ ਫਹਿਮੀਆਂ ਵਹਿਮ ਭਰਮ ਕਰ ਰਹੇ ਹੈਗੇ ਉਹਨਾਂ ਨੂੰ ਅਸੀਂ ਬਿਲਕੁਲ ਅਸੀਂ ਵੀ ਉਹਨਾਂ ਨੂੰ ਰਿਮੂਵ ਕਰਾਂਗੇ। ਔਰ ਦੂਜੀ ਗੱਲ ਇਹ ਹੈ ਕਿ ਸਾਰੇ ਸਟੇਟਸ ਦੇ ਵਿੱਚ ਇੱਕ ਲਾਅ ਬਣਿਆ ਜੀ ਡਾਕਟਰ ਜਿਹੜੇ 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 ਜਦੋਂ ਵੀ ਜਿਹੜਾ ਕੋਈ ਬੰਦਾ ਤਾਂ ਆ ਕੇ ਉਹ ਕੋਈ ਮਰੀਜ਼ਾਂ ਨੂੰ ਪਰੇਸ਼ਾਨ ਨਾ ਕਰ ਸਕੇ, ਉਹਨੂੰ ਕਹਿੰਦੇ ਆ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ। ਸੋ ਜੇ ਮਤਲਬ ਕੋਈ ਇਸ ਤਰ੍ਹਾਂ ਜਿਹੜੇ ਬੰਦੇ ਕਰਨਗੇ ਦੇ ਵਿਲ ਆਲਸੋ ਵੀ ਗਾਈਡਡ, ਦੇ ਵਿਲ ਆਲਸੋ ਵੀ ਕੰਟਰੋਲਡ ਬਾਈ ਦਾ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ। ਉਹ ਵੀ ਸਰਕਾਰ ਨੂੰ ਜਿਹੜਾ ਹੈਗਾ ਅਸੀਂ ਉਹਨਾਂ ਦੇ ਨਾਲ ਵੀ ਵਰ ਇਨ ਟਾਕਸ ਵਿਦ ਦੈਮ, ਵੀ ਆਰ ਵੈਰੀ ਸਿੰਪੇਥੈਟਿਕ ਟੂ ਦੈਮ, ਆਈ ਐਮ ਵੈਰੀ ਸਟਿਲ ਵੈਰੀ ਸਿੰਪੇਥੈਟਿਕ ਐਂਡ ਆਪਟੀਮਿਸਟਿਕ ਕਿ ਅਸੀਂ ਭਾਈ ਜੇ ਤੁਸੀਂ ਸਰਕਾਰ ਦੇ ਨਾਲ ਅਲਟੀਮੇਟਲੀ ਸਾਡਾ ਮਕਸਦ ਕੀ ਹੈ ਜੀ, ਜੇ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਤਾਂ ਅਸੀਂ ਤੁਹਾਨੂੰ ਬੈਨੀਫਿਟਸ ਦੇਵਾਂਗੇ। ਅਸੀਂ ਸਾਰੇ ਡਾਕਟਰ ਨੂੰ ਸਿਕਿਉਰਟੀ ਦੇ ਰਹੇ ਹਾਂ ਜੀ, 24/7 ਸਿਕਿਉਰਟੀ ਦੇ ਰਹੇ ਹਾਂ। ਔਰ ਮੈਂ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਪੁੱਛ ਲਓ, ਚਾਹੇ ਮਤਲਬ ਇਹ ਗੱਲ ਉਹ ਮੰਨਦੇ ਵੀ ਆ ਉਹ, ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਹਾਂ। ਉਹਨਾਂ ਨੇ ਕਿਹਾ ਸੀ ਸਾਡੀ ਜਿਹੜੀ ਫਾਇਰ ਦੀ ਹੈਗੀ ਹੈ ਨਾ ਜੀ, ਜਿਹੜੀ ਸਾਨੂੰ ਹਰ ਸਾਲ ਪਰਮਿਸ਼ਨ ਲੈਣੀ ਪੈਂਦੀ ਹੈ ਜੀ, ਸਾਨੂੰ ਐਸਲ ਹੁੰਦੀ ਹੈ 3 ਸਾਲ ਕਰੋ, ਅਸੀਂ 3 ਸਾਲ ਕਰਤੇ, ਅਸੀਂ ਉਹਨਾਂ ਦੀ ਗੱਲ ਮੰਨਦੇ ਹਾਂ। ਸੋ ਇਹ ਮਿਊਚੁਅਲ ਹੁੰਦਾ, ਦਿਸ ਇਜ਼ ਦੀਜ਼ ਰਿਲੇਸ਼ਨਸ਼ਿਪਸ ਆਰ ਮਿਊਚੁਅਲ। ਸੋ ਜਿਹੜੇ ਬੰਦੇ ਜਨਤਾ ਦੀ ਸੇਵਾ ਕਰਨਗੇ, ਵਹਿਮ ਭਰਮ ਭੁਲੇਖੇ ਨਹੀਂ ਪਾਉਣਗੇ ਔਰ ਗਲਤ ਸਟੇਟਮੈਂਟ ਨਹੀਂ ਦੇਣਗੇ, ਅਸੀਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇਵਾਂਗੇ। ਲੇਕਿਨ ਜਿਹੜੇ ਰੋਗ ਐਲੀਮੈਂਟਸ ਹੈ ਉਹਦੇ ਵਿੱਚ ਵੀ ਮੈਂ ਅੱਗੇ ਆਉਣਾ ਜੀ, ਉਹਦੇ ਵਿੱਚ ਬਹੁਤ ਸਾਰੇ ਮੈਂ ਤੁਹਾਨੂੰ ਦੱਸਦਾ, ਉਹਦੀ ਵੀ ਮੈਂ ਡਿਟੇਲ ਦਿੰਦਾ। ਇੱਕ ਪੁਆਇੰਟ ਮੇਰਾ ਹੋਰ ਹੈ ਜੀ ਇਹਦੇ ਵਿੱਚ, ਅਸੀਂ ਟੋਟਲ ਜਿਹੜੇ ਹੈਗੇ ਆ ਉਹ 1200 ਕਰੋੜ ਦੇ ਚੁੱਕੇ ਹਾਂ ਜੀ ਇਸ ਪੀਰੀਅਡ ਦੇ ਵਿੱਚ, ਠੀਕ ਹੈ ਜੀ, 1200 ਕਰੋੜ ਦੇ ਚੁੱਕੇ, ਜਿਹੜਾ ਕਿ ਸਾਰਾ ਸਟੇਟ ਗੌਰਮੈਂਟ ਨੇ ਦਿੱਤਾ, ਕੇਂਦਰ ਦਾ ਤਾਂ ਹੈ ਹੀ ਇਹਦੇ 'ਚ ਬਹੁਤ ਛੋਟਾ, ਤੁਹਾਨੂੰ ਦੱਸਿਆ ਮੈਂ 350 ਕਰੋੜ ਆ ਸਾਰਾ, ਬਾਕੀ ਸਾਰਾ ਸਟੇਟ ਗੌਰਮੈਂਟ ਨੇ ਦਿੱਤਾ। ਇਹਦਾ ਜਦੋਂ ਪੇਮੈਂਟ ਹੁੰਦੀ ਹੈ ਸਾਰਾ ਔਨਲਾਈਨ ਹੈ ਜੀ, ਪਹਿਲਾਂ ਜਦੋਂ ਅਸੀਂ ਇਨਹੈਰਿਟ ਕੀਤਾ ਕਾਂਗਰਸ ਗੌਰਮੈਂਟ ਤੋਂ ਆਫਲਾਈਨ ਸੀ, ਅਸੀਂ ਫਿਰ ਅਗਸਤ ਦੇ ਵਿੱਚ ਜਿਹੜਾ 23 ਦੇ ਵਿੱਚ ਸੀਗਾ ਇਹਨੂੰ ਔਨਲਾਈਨ ਮੋਡ 'ਤੇ ਲੈ ਕੇ ਆਏ ਹਾਂ। ਸਾਰਾ ਸਿਸਟਮ ਟਰਾਂਸਪੇਰੈਂਟ ਹੈ, ਉਹਦੇ 'ਚ ਅਸੀਂ ਮੈਨ ਪਾਵਰ ਵਧਾਈ ਹੈ, ਬਹੁਤ ਸਾਰੇ ਸਟੈਪਸ ਲਏ, ਮੈਂ ਉਹਦੇ 'ਤੇ ਵੀ ਆਊਂਗਾ। ਇਹਦੇ ਵਿੱਚ ਕੀ ਹੋਇਆ ਕਿ ਇਹਦਾ ਜਿਹੜੀ ਪੇਮੈਂਟ ਹੁੰਦੀ ਸੀ ਇਹਨੂੰ TMS ਟ੍ਰਾਂਜੈਕਸ਼ਨ ਮੈਨੇਜਮੈਂਟ ਸਿਸਟਮ ਕਹਿੰਦੇ ਆ, TMS ਪੋਰਟਲ ਸੀ, ਇੱਕ ਸੀਗਾ, ਹੁਣ ਇਹਨਾਂ ਨੇ 2 ਕਰਤਾ। 2 ਦਾ ਹਾਲ ਉਹੀ ਸੀਗਾ ਜੋ GST ਵਾਲੇ ਦਾ ਸੀਗਾ, ਤੁਸੀਂ ਦੇਖਿਆ ਹੋਣਾ ਕਿ GST ਦੇ ਵਿੱਚ ਕਿਓਸ ਸੀਗਾ, ਇਹਨਾਂ ਨੇ 8 ਸਟੇਟ ਵਿੱਚ ਸ਼ੁਰੂ ਕੀਤਾ ਸੀ, ਦੇਰ ਵਾਜ਼ ਏ ਟੋਟਲ ਕਿਓਸ। ਅਸੀਂ 3000 ਜਿਹੜੇ ਕੇਸਿਸ ਆ ਰੋਜ਼ ਕਲੀਅਰ ਕਰਦੇ ਸੀ, ਅਤੇ ਜਦੋਂ ਇਹਨਾਂ ਨੇ TMS 2 ਲਿਆਂਦਾ ਸਾਡੀ ਕਪੈਸਿਟੀ ਘੱਟ ਕੇ 700 'ਤੇ ਆ ਗਈ ਜੀ, 800 ਕੇਸ ਕਲੀਅਰ ਹੁੰਦੇ ਸੀ। ਇਹਨਾਂ ਦਾ ਕੀ ਹੁੰਦਾ ਕਿ ਪਹਿਲਾਂ ਸਪੋਜ਼ ਮਤਲਬ ਕਿ ਮਿਸਟਰ ਏ ਦਾ ਅਸੀਂ ਕਰ ਰਹੇ ਹਾਂ, ਉਹਦਾ ਨਹੀਂ ਹੋ ਰਿਹਾ ਕਿਸੇ ਵਜ੍ਹਾ ਦੇ ਨਾਲ, ਉਹਦੇ 'ਚ ਕੋਈ ਸਾਨੂੰ ਟੈਕਨੀਕਲੀ ਗਲਿਚ ਆ ਗਿਆ, ਅਸੀਂ ਬੀ 'ਤੇ ਚਲੇ ਜਾਂਦੇ ਸੀ। ਹੁਣ ਉਹ ਕਲੀਅਰ ਹੋਏਗਾ ਤਾਂ ਅਸੀਂ ਅੱਗੇ ਜਾਵਾਂਗੇ, ਨਹੀਂ ਤਾਂ ਉੱਥੇ ਫਸ ਗਿਆ ਬੰਦਾ ਸਾਡਾ, ਸਾਡੀ ਮੈਨ ਪਾਵਰ ਸਾਰੀ ਫਸ ਗਈ। 3000 ਕੇਸ ਤੋਂ ਅਸੀਂ 800 'ਤੇ ਆ ਗਏ। ਇਹ ਅਸੀਂ ਉਹਨਾਂ ਨੂੰ ਮਿਲ ਕੇ ਰੱਡਾ ਸਾਹਿਬ ਨੂੰ, ਉਹਨਾਂ ਨੂੰ ਸਾਰਿਆਂ ਨੂੰ ਮੰਤਰੀਆਂ ਨੂੰ ਦੱਸ ਕੇ ਆਏ ਹਾਂ, ਉਹਨਾਂ ਨੇ ਐਡਮਿਟ ਕੀਤਾ, ਉਹ ਕਹਿੰਦੇ ਅਸੀਂ ਗਲਿਚਿਜ਼ ਰਿਮੂਵ ਕਰ ਰਹੇ ਹਾਂ। ਇਹਨਾਂ ਦਾ ਜਿਹੜਾ ਮਤਲਬ ਸਾਰਾ ਸਿਸਟਮ ਹੈ ਨਾ ਜੀ, ਉਹ ਸੜਕ 'ਤੇ ਲਿਆ ਕੇ, ਜਿਵੇਂ ਕਾਰਾਂ ਹੁੰਦੇ ਨਾ ਟਾਟਾ ਵਾਲੇ, ਉਹਨਾਂ ਦਾ R&D ਸੜਕ 'ਤੇ ਹੁੰਦਾ, ਇਹਨਾਂ ਦਾ ਵੀ ਸੜਕ 'ਤੇ ਹੁੰਦਾ, GST ਵਾਲਾ ਹਾਲ ਹੈ ਇਹਨਾਂ ਦਾ ਜੀ ਮਤਲਬ ਨਾ। ਅਤੇ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਜੀ, ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਡਾਟਾ ਦੇਊਂਗਾ। ਉਹ ਮੇਰੀ ਬੇਨਤੀ ਹੈ ਜੀ, ਜਿਹੜੇ ਬੰਦੇ ਟਵੀਟ ਕਰਦੇ ਆ, ਜਿਹੜੇ ਕੰਮ ਕਦੇ ਕੀਤਾ ਨਹੀਂ ਉਹਨਾਂ ਦੀਆਂ ਸਰਕਾਰਾਂ ਰਹੀਆਂ, ਜਿਹੜੇ ਮੈਸ ਕ੍ਰੀਏਟ ਕਰਕੇ ਗਏ ਆ, ਹੁਣ ਟਵੀਟ ਕਰ ਰਹੇ ਆ, ਦੇ ਕ੍ਰੀਏਟਡ ਦਾ ਮੈਸ, ਉਹਨਾਂ ਨੇ 2021 ਦੇ ਵਿੱਚ ਜਾਣ ਲੱਗੇ ਆਪਣਾ ਜਿਹੜਾ ਸੀਗਾ, ਉਹ ਜਿਵੇਂ ਹੁੰਦਾ ਨਾ ਇੱਕ ਬੱਚਾ ਹੁੰਦਾ ਪਿੰਡ ਦੇ ਵਿੱਚ ਜਿਹੜਾ ਖੇਡਦਾ ਖੂਲਦਾ ਨਹੀਂ, ਆ ਕੇ ਬਾਂਟੇ ਖਿਲਾਰ ਦਿੰਦਾ ਸਾਰੇ ਜੀ, ਮਤਲਬ ਖਿਲਾਰ ਕੇ ਚਲੇ ਗਏ ਬਾਂਟੇ, ਅਸੀਂ ਇਕੱਠੇ ਕੀਤੇ ਉਹਨਾਂ ਦੇ, ਹੁਣ ਉਹ ਟਵੀਟਾਂ ਕਰਦੇ ਆ ਜੀ, ਠੀਕ ਆ ਜੀ, ਹੁਣ ਬਿਆਨ ਦਿੰਦੇ ਆ ਉਹ, ਔਰ ਕੋਈ ਫੈਕਟ ਚੈੱਕ ਨਹੀਂ ਕਰਦੇ। ਮੈਂ ਸਾਰਿਆਂ ਨੂੰ ਚੈਲੰਜ ਕਰਦਾ ਕਿ ਆਓ ਫੈਕਟ ਚੈੱਕ ਕਰਕੇ, ਜਿਹੜੀ ਵੀ ਕੋਈ ਸਟੇਟਮੈਂਟ ਦੇਣੀ ਆ ਉਹ ਫੈਕਟਸ ਐਂਡ ਫਿਗਰਸ ਨਾਲ ਦਿਓ, ਮਤਲਬ ਇਹ ਨਹੀਂ ਵੀ ਇੱਧਰੋਂ ਖੱਬਿਓਂ ਫੜ ਕੇ, ਕਿਤੋਂ ਬਾਂਹ ਫੜ ਕੇ, ਲੱਤ ਫੜ ਕੇ। ਅਤੇ ਮੈਂ ਇੱਕ ਬੇਨਤੀ ਮੈਂ ਤੁਹਾਨੂੰ ਵੀ ਕਰਦਾ, ਤੁਸੀਂ ਨਾ ਪਬਲਿਕ ਦੀਆਂ ਆਈਜ਼ ਹੋ, ਤੁਸੀਂ ਯੂ ਆਰ ਦਾ ਆਈਜ਼ ਐਂਡ ਈਅਰਸ ਆਫ ਦਾ ਪਬਲਿਕ। ਸੋ ਤੁਹਾਨੂੰ ਮੈਂ ਜ਼ਰੂਰ ਬੇਨਤੀ ਕਰਦਾ ਕਿ ਜਿਹੜੀ ਕਰੈਕਟ ਫਿਗਰਸ ਆ ਉਹ ਹਮੇਸ਼ਾ ਦਿਓ ਉਹਨਾਂ ਨੂੰ, ਮਤਲਬ ਭਗਵੰਤ ਮਾਨ ਗੌਰਮੈਂਟ ਸਟੈਂਡਸ ਫੋਰ ਆਨਸਰੇਬਿਲਟੀ ਟੂ ਦਾ ਪੀਪਲ, ਟਰਾਂਸਪੇਰੈਂਸੀ, ਐਫੀਸ਼ੈਂਸੀ,
ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜਾ ਹੈਗਾ ਅਸੀਂ ਦਿਨ ਰਾਤ ਇਹਦੇ ਵਾਸਤੇ ਲੱਗੇ ਹੋਏ ਹਾਂ। ਸਾਰੇ ਸਟੇਕ ਹੋਲਡਰ ਨਾਲ ਅਸੀਂ ਗੱਲ ਕਰਦੇ ਹਾਂ। ਇਹ ਜਿਹੜਾ TMS ਤੋਂ TMS 2 ਹੈ, ਦਿਸ ਇਜ਼ ਦਾ ਮੇਨ ਹਾਰਡਲ ਜਿਹੜਾ ਡਿਲੇ ਹੋਇਆ, ਇਹਦੇ ਕਰਕੇ ਹੋਇਆ ਜੀ। ਅਸੀਂ ਆਪਣੇ ਲੈਵਲ 'ਤੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਜਿਹੜੇ ਥਰਡ ਪਾਰਟੀ ਐਡਮਿਨਿਸਟ੍ਰੇਟਰ ਕਹਿੰਦੇ ਆ, ਜਦੋਂ ਕੋਈ ਬੰਦਾ ਕਰਦਾ ਕਲੇਮ ਰੇਜ਼ ਕਰਦਾ ਉਹਦੀ ਵੇਰੀਫਿਕੇਸ਼ਨ ਕਰਦੇ ਆ, ਉਹਨਾਂ ਕੋਲ 30 ਬੰਦੇ ਸੀ, ਅਸੀਂ ਉਹਨਾਂ ਨੂੰ ਕਿਹਾ 54 ਕਰੋ, ਉਹਨਾਂ ਨੇ 54 ਕਰਤੇ ਜੀ। ਸਾਡੇ ਕੋਲ ਮੈਡੀਕਲ ਕਮੇਟੀ ਦੇ ਜਿਹੜੇ 9 ਮੈਂਬਰ ਸੀ, 29 ਕਰਤੇ ਜੀ। ਉਹ ਸਾਰੇ ਬੰਦੇ ਅਸੀਂ ਇਹਦੇ 'ਤੇ ਲਾਇਆ ਤਾਂ ਕਿ ਜਲਦੀ ਕਲੀਅਰ ਕਰੀਏ। DMC ਦਾ ਨੰਬਰ ਵਧਾਇਆ ਜੀ। ਮੈਡੀਕਲ ਜਿਹੜੇ ਸਾਡੇ ਇੰਪੈਨਲਡ MO ਸੀ 9 ਸੀ, ਅਸੀਂ 37 ਕਰਤੇ ਜੀ। ਉਹਨਾਂ ਨੇ ਐਕਚੁਲੀ ਸਾਰੇ ਕਲੇਮ ਵੇਰੀਫਾਈ ਕਰਨੇ ਆ MOs ਨੇ, ਫਿਰ ਉਹ ਪੇਮੈਂਟ ਹੋਣੀ ਆ। ਅਤੇ ਅਸੀਂ ਜਿਹੜਾ ਹੈਗਾ ਹੁਣ ਮੈਡਮ ਕਿੰਨਾ ਅਸੀਂ ਡੇਲੀ ਪੇ ਕਰ ਰਹੇ ਉਹਨਾਂ ਨੂੰ ਜੀ? 9 ਤੋਂ 10 ਕਰੋੜ। ਅਸੀਂ ਇਹਨੂੰ ਪਹਿਲਾਂ ਮਤਲਬ 2 ਜਾਂ 3 ਕਰੋੜ ਸੀ, ਅਸੀਂ 9 ਤੋਂ 10 ਕਰੋੜ ਕਰ ਰਹੇ ਹਾਂ। ਔਰ ਇਹ ਜਿਹੜੀ ਸਾਰਾ ਹੈਗਾ, ਠੀਕ ਹੈ ਜੀ। ਔਰ ਇਸ ਤੋਂ ਸਿਵਾਏ ਜਿਹੜੀ IFFCO ਟੋਕਿਓ ਸੀ, ਇਹ ਕੈਪਟਨ ਅਮਰਿੰਦਰ ਸਿੰਘ ਵੇਲੇ ਦੀ ਸਕੀਮ ਸੀ ਜੀ। ਉਹਨਾਂ ਨੇ ਇਹਨਾਂ ਦੇ ਪੈਸੇ ਦੇਣੇ ਸੀ ਜੀ, ਇਹ ਦੇ ਲੈਫਟ ਦਾ ਮੈਸ ਫੋਰ ਅਸ। GIC ਨੇ ਪੈਸੇ ਦੇਣੇ ਸੀ, ਜਿਹੜੀ SBI ਦੀ ਸੀ। ਅਸੀਂ ਉਹਦੀ ਲੀਗਲ ਓਪੀਨੀਅਨ ਲੈ ਕੇ ਅਸੀਂ ਉਹ ਪੈਸੇ ਵੀ ਅਸੀਂ IMA ਨੂੰ ਦੇ ਰਹੇ ਹਾਂ, ਮਤਲਬ ਦੇ ਨੋਟ ਐਪਰੀਸ਼ੀਏਟ ਇਟ। ਉਹ ਪੈਸੇ ਵੀ ਅਸੀਂ ਉਹਨਾਂ ਤੋਂ ਕਲੇਮ ਕਰਕੇ ਉਹਨਾਂ ਦੀਆਂ ਸਿਕਿਉਰਟੀਆਂ ਕੱਟ ਕੇ ਉਹਨਾਂ ਦੇ ਖਾਤੇ 'ਚ ਪਾਉਣ ਜਾ ਰਹੇ ਹਾਂ। ਵੀ ਆਰ ਫੋਲੋਇੰਗ ਏ ਲੀਗਲ ਪ੍ਰੋਸੀਜਰ। ਅਸੀਂ ਇੱਦਾਂ ਨਹੀਂ ਕਰ ਸਕਦੇ ਵੀ ਚੱਕ ਕੇ ਸਿੱਧੇ ਪਾ ਦਈਏ। ਵੀ ਹੈਵ ਟੂ ਫੋਲੋ ਦਾ ਲੀਗਲ ਪ੍ਰੋਸੀਜਰ। ਅਸੀਂ ਉਹਨਾਂ ਨੂੰ ਨੋਟਿਸ ਦੇਣਾ, ਉਹਨਾਂ ਨੂੰ ਪੁੱਛਣਾ, ਉਹਨਾਂ ਨੂੰ ਕਹਿੰਦੇ ਵੀ ਆਹ ਤੁਹਾਡੇ ਪੈਸੇ ਦੇਣੇ ਆ ਭਾਈ, ਦਿਓ ਇਹਨਾਂ ਦੇ। ਇਹਨਾਂ ਦੇ ਵੇਲੇ ਦੀ ਅਸੀਂ ਇੱਕ ਪਾਸੇ ਦਾ ਚਿੱਠੀਆਂ ਭਰਦੇ ਹਾਂ, ਦੂਜੇ ਪਾਸੇ ਟਵੀਟ ਕਰੀ ਜਾਂਦੇ ਆ ਜੀ। ਇਹਨਾਂ ਨੂੰ ਥੋੜ੍ਹਾ ਜਿਹਾ ਮਤਲਬ ਸੋਚਣਾ ਚਾਹੀਦਾ ਜਿਹੜਾ ਬੰਦਾ ਵੀ ਸਟੇਟਮੈਂਟ ਦਿੰਦਾ। ਇਸ ਤੋਂ ਸਿਵਾਏ ਅਸੀਂ 3 ਹੋਸਪਿਟਲ ਜਿਹੜੇ ਆ ਉਹਨਾਂ ਨੂੰ ਡੀ ਇੰਪੈਨਲ ਕੀਤਾ ਜੀ, 18 ਹੋਸਪਿਟਲ ਜਿਹੜੇ ਹੈਗੇ ਆ ਉਹਨਾਂ ਨੂੰ ਸਸਪੈਂਡ ਕੀਤਾ, ਅਤੇ 2,80,91,480 ਰੁਪਏ ਦਾ ਜੁਰਮਾਨਾ ਵੀ ਕੀਤਾ ਜਿਹੜੇ ਬੰਦੇ ਮਿਸਯੂਜ਼ ਕਰਦੇ ਆ ਜੀ। 3 ਹੋਸਪਿਟਲ ਨੂੰ ਡੀ ਇੰਪੈਨਲ ਕੀਤਾ ਜੀ, 18 ਹੋਸਪਿਟਲ ਨੂੰ ਸਸਪੈਂਡ ਕੀਤਾ ਜੀ, ਔਰ 2,80,91,480 ਆਈ ਰਿਪੀਟ ਇਟ ਜੀ, 2,80,91,480 ਰੁਪਏ ਦੇ ਜੁਰਮਾਨੇ ਵੀ ਅਸੀਂ ਕੀਤੇ ਆ ਇਹਨਾਂ ਨੂੰ ਜੀ। ਬਹੁਤ ਸਾਰੇ ਹੋਸਪਿਟਲ ਆ ਜਿਹੜੇ ਮਿਸਯੂਜ਼ ਕਰਦੇ ਆ ਇਹਨੂੰ। ਤੁਸੀਂ, ਤੁਹਾਨੂੰ ਪਤਾ ਹੋਣਾ ਵੀ ਆਪਣੇ ਤਾਂ ਉਹਨਾਂ ਨੇ ਤਾਂ ਜਿਹੜੇ ਤੁਹਾਡੇ ਛੱਤੀਸਗੜ੍ਹ ਉਹਨਾਂ ਨੇ ਗਾਲੀ ਸਿਰੇ ਲਾਤੀ ਸਾਰੇ ਔਰਤਾਂ ਦੇ ਜੁੱਟ ਅਸੀਂ ਕੱਢਤੇ ਸੀ ਉਹਨਾਂ ਨੇ, ਕਿਉਂਕਿ ਉਹਦੇ 'ਚ ਪੈਸੇ ਜ਼ਿਆਦਾ ਮਿਲਦੇ ਸੀ ਸਟ੍ਰੈਕਟਮੀ ਦੇ ਉਹਨਾਂ ਨੂੰ। ਤੋ ਇਹ ਜਿਹੜਾ ਮਿਸਯੂਜ਼ ਹੈ ਉਹ ਵੀ ਅਸੀਂ ਪ੍ਰੀਵੈਂਟ ਕਰਨਾ। ਸੋ ਇਹ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਦੁਬਾਰਾ ਮੈਂ ਰਿਪੀਟ ਕਰਦਾ ਜੀ, 1 ਵੀ ਪੈਸਾ ਅਸੀਂ ਕਿਸੇ ਹੋਰ ਕੰਮ ਲਈ ਡਿਵਰਟ ਨਹੀਂ ਕੀਤਾ ਜੀ। ਜਿਹੜੇ ਮਕਸਦ ਲਈ ਆਏ ਆ ਉਸੇ ਮਕਸਦ ਲਈ ਆ ਰਹੇ ਆ। ਕੇਂਦਰ ਨੇ ਸਾਡਾ 249 ਕਰੋੜ ਦੇਣਾ ਜੀ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਕਰਕੇ ਸਾਰੀ ਸਾਨੂੰ ਦਿੱਕਤ ਆ ਰਹੀ ਹੈ, ਜਿਹੜੀ ਤੁਹਾਡੀ ਪੰਡੈਂਸੀ ਕਰਕੇ ਦਿੱਕਤ ਆ ਰਹੀ ਹੈ, ਸਾਡੇ ਪੈਸੇ ਦੇ ਦਿਓ। ਅਸੀਂ 249.81 ਲੱਖ ਇਹ ਕੇਂਦਰ ਵੱਲ ਸਾਡੀ ਸਟੈਂਡਿੰਗ ਆ। ਅਸੀਂ ਮੀਟਿੰਗ ਕਰਕੇ ਆਏ ਹਾਂ, 2 ਮੀਟਿੰਗਾਂ ਹੋ ਗਈਆਂ, 3ਜੀ ਮੀਟਿੰਗ ਲਈ ਸਾਡੀ ਮੇਰੀ ਈਮੇਲ ਉਹਨਾਂ ਨੂੰ ਭੇਜੀ ਹੋਈ ਆ। ਅਸੀਂ ਮੇਰੀ ਰਿਕੁਐਸਟ ਪੈਂਡਿੰਗ ਆ ਯੂਨੀਅਨ ਹੈਲਥ ਮਿਨਿਸਟਰ ਨਾਲ, ਔਰ ਜਦੋਂ ਜਿਹੜੇ ਯੂਨੀਅਨ ਹੈਲਥ ਮਿਨਿਸਟਰ ਅਤੇ ਸਟੇਟ ਹੈਲਥ ਮਿਨਿਸਟਰ, ਆਈ ਹੈਵ ਰਿਫਰੇਨਡ ਫਰੋਮ ਮੇਕਿੰਗ ਐਨੀ ਪਬਲਿਕ ਸਟੇਟਮੈਂਟ ਜੀ। ਸੋ ਆਈ ਵੁੱਡ ਰਿਕੁਐਸਟ ਕਿ ਜਿਹੜੇ ਬਾਕੀ ਦੇ ਵੀ ਜਿਹੜੇ ਹੈਗੇ ਆ, ਆਈ ਐਕਸਪੈਕਟ ਇਟ ਫਰੋਮ ਮਾਈ ਏਲਡਰ ਬ੍ਰਦਰ, ਕਿਉਂਕਿ ਸੈਂਟਰ ਨੂੰ ਏਲਡਰ ਬ੍ਰਦਰ ਤਾਂ ਕਹੀ ਸਕਦੇ ਆ ਆਪਾਂ, ਕਿ ਉਹ ਵੀ ਜਿਹੜਾ ਹੈਗਾ ਉਹ ਮਤਲਬ ਦੇਖੋ, ਅਸੀਂ ਜੋ ਮਾਨਯੋਗ ਅਦਾਲਤ ਦਾ ਹੈਗਾ ਨਾ ਜੀ, ਅਸੀਂ ਮਾਨਯੋਗ ਅਦਾਲਤ ਦਾ ਪੂਰਾ ਅਸੀਂ ਸਤਿਕਾਰ ਕਰਦੇ ਹਾਂ। ਜਿਹੜੀ ਅਦਾਲਤ ਹੁੰਦੀ ਆ, ਜਿਹੜੇ ਜੱਜ ਸਾਹਿਬ ਹੈ ਨਾ ਜੀ, ਉਹ ਜੋ ਉਹਨਾਂ ਨੂੰ ਜਾ ਕੇ ਜੋ ਸੈਂਟਰ ਦਾ ਵਕੀਲ ਹੈ, ਜੋ ਉਹਨੇ ਉੱਥੇ ਜਾ ਕੇ ਬਿਆਨ ਦੇ ਦਿੱਤਾ ਜਾਂ ਡਾਕਟਰਾਂ ਨੇ ਬਿਆਨ ਦੇ ਦਿੱਤਾ, ਉਹ ਉਹਦੇ 'ਤੇ ਬੇਸਡ ਹੈ ਜੀ। ਹੁਣ ਜਿਹੜਾ ਇਸ ਤੋਂ ਬਾਅਦ ਜਿਹੜੀ ਅਗਲੀ ਪੇਸ਼ੀ ਹੋਏਗੀ ਨਾ, ਉਹਦੇ ਵਿੱਚ ਸਾਡੇ ਵੀ ਜਿਹੜੇ ਵਕੀਲ ਜਾਣਗੇ ਜੀ, ਉਹ ਆਪਣਾ ਪੱਖ ਰੱਖਣਗੇ, ਉਹ ਫੈਕਟਸ ਦੇਣਗੇ ਜਿਵੇਂ ਮੈਂ ਤੁਹਾਡੇ ਅੱਗੇ ਰੱਖਿਆ। ਅੱਜ
ਮੈਨੂੰ ਪੂਰਾ ਕਰ ਲੈਟਮੀ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਕੋਲ ਜਿਹੜਾ ਹੈਗਾ ਨਾ ਜੀ, ਸਾਡੇ ਕੋਲ 350 ਕਰੋੜ ਉਹਨਾਂ ਨੇ ਦੇਣਾ ਸੀ, ਦਿੱਤਾ ਹੀ 169 ਕਰੋੜ ਉਹਨਾਂ ਨੇ, ਮਤਲਬ ਦਿੱਤਾ ਨਹੀਂ ਹੈ। ਮੈਨੂੰ ਨਹੀਂ ਪਤਾ ਫਿਕਰ ਕਿੱਥੋਂ ਆਈ ਹੈ। ਜਿਹੜੇ ਸੈਂਟਰ ਦੇ ਵਕੀਲ ਹੈ ਜੀ, ਉਹ ਮੈਂ ਹੁਣ ਦੇਖੋ ਗੱਲ ਹੁੰਦੀ ਹੈ ਵੀ ਕਹਿੰਦੇ ਹੁੰਦੇ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ। ਸੋ ਜਿਹੜਾ ਸੈਂਟਰ ਦੇ ਜਿਹੜਾ ਉਹਨਾਂ ਨੇ ਵਕੀਲ ਨੇ ਦਿੱਤਾ, ਮੈਂ ਕੋਰਟ ਦੇ ਬਾਰੇ ਆਪਾਂ ਬੈਟਰ ਆ ਕਿ ਜਿਹੜਾ ਕੋਰਟ ਦਾ ਮਸਲਾ ਆਪਾਂ ਕੋਰਟ 'ਚ ਲੈਣ ਦੀ, ਉਹ ਵੀ ਤੁਹਾਡੇ ਸਾਹਮਣੇ ਸੱਚਾਈ ਆ ਜਾਏਗੀ ਜੀ, ਸਾਡਾ ਐਫੀਡੈਵਿਟ ਜਾਏਗਾ। ਸੋ ਇਟ ਰਿਮੇਨਸ ਟੂ ਬੀ ਸੀਨ ਕਿ ਮੈਂ ਤੁਹਾਨੂੰ ਫੈਕਟਸ ਐਂਡ ਫਿਗਰਸ ਦੇ ਰਿਹਾ ਜੀ, ਆਈ ਐਮ ਗਿਵਿੰਗ ਯੂ ਦਾ ਫਿਗਰ ਜੀ। ਜਿਹੜਾ ਤੁਹਾਡਾ ਜਿਹੜਾ ਬੰਦਾ ਉੱਥੇ ਕਹਿ ਰਿਹਾ ਵੀ ਇੰਨੇ ਪੈਸੇ ਆਇਆ, ਜਿਹੜਾ ਕਹਿੰਦਾ ਵੀ 600 ਕਰੋੜ ਆਇਆ, ਜਿਹੜਾ ਕਹਿੰਦਾ 500 ਕਰੋੜ ਆਇਆ, ਚਾਹੇ ਸਾਡੇ ਪਟਿਆਲੇ ਦੇ ਸਾਬਕਾ ਐਮ ਪੀ ਹੋਣ, ਉਹਨਾਂ ਨੂੰ ਪੁੱਛੋ ਜੀ ਤੁਸੀਂ ਦੱਸੋ ਵੀ 500 ਕਰੋੜ ਰੁਪਇਆ ਕਦੋਂ ਆਇਆ, ਕਿੱਥੇ ਆਇਆ, ਕਿਹਨੂੰ ਭੇਜਿਆ ਉਹਨਾਂ ਨੇ, ਮਤਲਬ ਕੁਛ ਤਾਂ ਦੱਸਣਾ ਜੀ। ਮੈਂ ਤੁਹਾਨੂੰ ਦੱਸ ਰਿਹਾ ਵੀ ਆਹ ਆਏ ਆ, ਅਸੀਂ ਯੂਨੀਅਨ ਨੈਸ਼ਨਲਿਸਟ ਨੂੰ ਮਿਲ ਕੇ ਆਏ ਹਾਂ ਜੀ, ਮਤਲਬ।